ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅਗਲੇ 3 ਦਿਨਾਂ ਤੱਕ بارش ਦੀ ਸੰਭਾਵਨਾ ਜਤਾਈ ਗਈ ਹੈ। ਬੁੱਧਵਾਰ ਨੂੰ ਸਾਰਾ ਦਿਨ ਹਵਾਵਾਂ ਚੱਲੀਆਂ ਪਰ ਨਾਲ ਲੋ ਵੀ ਚੱਲੀ। ਪਰ ਸ਼ਾਮ ਦੇ ਸਮੇਂ ਇੱਕਦਮ ਮੌਸਮ ਨੇ ਕਰਵਟ ਲਈ। ਤੇਜ਼ ਹਵਾਵਾਂ ਨਾਲ بارش ਨੇ ਵੀ ਠੰਡਕ ਦਿੱਤੀ। ਬਦਲੇ ਮੌਸਮ ਕਾਰਨ 4 ਡਿਗਰੀ ਤੱਕ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਗਈ ਹੈ। ਕਾਫੀ ਸਮੇਂ ਤੱਕ ਬੱਦਲ ਗਰਜਦੇ ਰਹੇ। ਚੰਡੀਗੜ੍ਹ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ। ਅਗਲੇ 3 ਦਿਨਾਂ ਤੱਕ ਖੂਬ ਬਰਸਾਤ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਖੁਜੀ ਸਾਂ ਵਿੱਚ ਦੁਪਹਿਰ 12 ਵਜੇ ਦੇ ਲਗਭਗ ਪੋਕੇਟ ਟ੍ਰੇਨ ਵੀ ਸ਼ੁਰੂ ਹੋ ਗਈ। ਬੀਤੇ ਦਿਨੀ ਪਹਾੜੀ ਇਲਾਕੇ ਵਿੱਚ ਕਾਫੀ ਬਰਬਰੀ ਹੋਈ ਅਤੇ ਕਾਂਗੜਾ ਵਿਖੇ ਜਿੱਥੇ ਤੇਜ਼ ਬਾਰਿਸ਼ ਹੋਈ। ਉੱਥੇ ਗੜੇ ਪੈਣ ਕਾਰਨ ਪੰਜਾਬ ਦੀਆਂ ਹਵਾਵਾਂ ਠੰਡੀਆਂ ਹੋ ਗਈਆਂ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਕੁਝ ਦਿਨ ਅਜਿਹੀ ਹੀ ਹੁੰਦੀ ਰਹੀ ਤਾਂ ਝੋਨੇ ਦੀ ਫਸਲ ਨੂੰ ਫਾਇਦਾ ਹੋਵੇਗਾ। ਇਹ ਬਰਸਾਤ ਸਬਜ਼ੀਆਂ ਲਈ ਕਾਫੀ ਲਾਹਮੰਦ ਹੈ। ਮੌਸਮ ਵਿਭਾਗ ਅਨੁਸਾਰ ਹਰ ਸਾਲ ਮਈ ਦਾ ਮਹੀਨਾ ਪੂਰੀ ਤਰ੍ਹਾਂ ਗਰਮ ਹੁੰਦਾ ਹੈ ਪਰ ਇਸ ਸਾਲ ਦੀ ਸ਼ੁਰੂਆਤ ਵਿੱਚ 15 ਦਿਨ ਅਤੇ ਆਖਰੀ ਦਿਨ ਕਾਫੀ ਰਹਾਤ ਭਰੇ ਰਹੇ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਬਰਸਾਤ ਹੋਣ ਦੀ ਉਮੀਦ ਹੈ